ਸਤਿ ਸ਼੍ਰੀ ਅਕਾਲ ਜੀ, ਇੱਕ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਜ ਆਪਾਂ ਗੱਲ ਕਰਾਂਗੇ ਕਣਕ ਦੀਆਂ ਪੰਜਾਬ 'ਚ ਵਰਾਈਟੀਆਂ ਬਾਰੇ, ਕਿ ਇਹਨਾਂ ਦਾ ਝਾੜ ਕਿੰਨਾ ਆ ਅਤੇ ਇਹ ਕਿਵੇਂ, ਮਤਲਬ ਵਰਾਈਟੀਆਂ ਕਦੋਂ ਇਹ ਲਾਂਚ ਕੀਤੀਆਂ ਗਈਆਂ, ਸਭ ਕੁਝ। ਪਹਿਲੇ ਨੰਬਰ 'ਤੇ ਆਪਾਂ ਗੱਲ ਕਰਾਂਗੇ PBW 752 ਬਾਰੇ। ਇਹਦਾ ਐਵਰੇਜ ਝਾੜ 19 ਕੁਇੰਟਲ ਹੈ ਅਤੇ ਵਧੀਆ ਵਰਾਇਟੀ ਹੈ ਜਿੱਥੇ ਪਾਣੀ ਲੱਗਦਾ। ਦੂਜੀ ਵਰਾਇਟੀ ਆ ਗਈ ਆਪਣੀ PBW 1 ਜਿੰਕ। ਇਹ 151 ਦਿਨ ਲੈਂਦੀ ਆ ਅਤੇ 22 ਕੁਇੰਟਲ ਇਹਦਾ ਐਵਰੇਜ ਝਾੜ ਦੱਸਿਆ ਗਿਆ ਅਤੇ 103 ਸੈਂਟੀਮੀਟਰ ਇਹਦਾ ਕੱਦ ਹੁੰਦਾ। ਅੱਗੇ ਆ ਗਈ ਉੱਨਤ PBW 343। ਇਹ 155 ਦਿਨ ਲੈਂਦੀ ਆ ਅਤੇ ਇਹ 23 ਕੁਇੰਟਲ ਦੇ ਨੇੜੇ ਐਵਰੇਜ ਝਾੜ 'ਚ ਪੁੱਜ ਜਾਂਦੀ ਆ। ਅੱਗੇ ਆ ਗਈ WH 542। ਇਹ 135 ਤੋਂ 145 ਦਿਨ ਰਹਿੰਦੀ ਆ ਅਤੇ ਇਹਦਾ ਐਵਰੇਜ ਝਾੜ 20 ਕੁਇੰਟਲ ਆ। ਅੱਗੇ ਆ ਗਈ PBW 725। 725 ਹੈ ਜਿਹੜੀ, ਇਹ 155 ਦਿਨ ਲੈਂਦੀ ਆ ਅਤੇ ਇਹਦਾ ਐਵਰੇਜ ਝਾੜ 23 ਕੁਇੰਟਲ ਪ੍ਰਤੀ ਏਕੜ ਆ। ਅੱਗੇ ਆਪਾਂ ਗੱਲ ਕਰਾਂਗੇ PBW 777 ਬਾਰੇ। ਇਹ 22 ਕੁਇੰਟਲ ਇਹਦਾ ਐਵਰੇਜ ਝਾੜ ਆ ਅਤੇ 160 ਦਿਨ ਇਹ ਲੈਂਦੀ ਆ। ਅੱਗੇ ਅੱਜ ਆਪਾਂ ਗੱਲ ਕਰਾਂਗੇ, ਅੱਗੇ ਗੱਲ ਕਰਦੇ ਹਾਂ ਆਪਾਂ HD 2850 ਬਾਰੇ। ਇਹ 126 ਤੋਂ ਲੈ ਕੇ 134 ਦਿਨ ਲੈਂਦੀ ਆ ਅਤੇ ਇਹਦੀ ਹਾਈਟ ਬਹੁਤ ਘੱਟ ਆ, 80 ਤੋਂ 90 ਸੈਂਟੀਮੀਟਰ ਇਹਦੀ ਹਾਈਟ ਆ ਅਤੇ ਇਹਦਾ ਜਿਹੜਾ ਐਵਰੇਜ ਝਾੜ ਦੱਸਿਆ ਜਾਂਦਾ, ਇਹ ਕਿਸੇ ਦੇ ਖੇਤ 'ਚ 15 ਵੀ ਨਿਕਲਦੀ ਆ, ਕਿਤੇ 18 ਵੀ ਨਿਕਲ ਜਾਂਦੀ ਹੈ ਅਤੇ ਕਿਤੇ 20 ਤੋਂ ਵੀ ਟੱਪ ਜਾਂਦੀ ਆ। ਅੱਗੇ ਵਰਾਇਟੀ ਆ ਗਈ HD 3043। ਇਹਦਾ ਐਵਰੇਜ ਝਾੜ 17 ਕੁਇੰਟਲ ਦੱਸਿਆ ਜਾਂਦਾ ਅਤੇ ਇਹ ਮਤਲਬ ਕਿ ਅੱਗੇ ਵਰਾਇਟੀ ਇਹਦੇ ਵਿੱਚ ਜਿਹੜਾ ਮਤਲਬ ਕਿ ਰਸਟ ਰੁਸਟ ਆ, ਇਹ ਸਭ ਕੁਛ ਬਹੁਤ ਘੱਟ ਆਉਂਦਾ ਆ। ਅੱਗੇ ਆ ਗਈ WH 1105। ਇਹ 157 ਦਿਨ ਲੈਂਦੀ ਆ ਅਤੇ ਇਹਦਾ ਜਿਹੜਾ ਐਵਰੇਜ ਝਾੜ ਦੱਸਿਆ ਜਾਂਦਾ, ਇਹ 23 ਕੁਇੰਟਲ ਪ੍ਰਤੀ ਏਕੜ ਆ। ਅੱਗੇ ਆਪਾਂ ਗੱਲ ਕਰਾਂਗੇ PBW 660 ਬਾਰੇ। ਇਹ ਜਿਹੜੀ ਹੈ 162 ਕੁ ਦਿਨ ਲੈਂਦੀ ਆ ਅਤੇ ਜਿਹੜਾ ਇਹਦਾ ਐਵਰੇਜ ਝਾੜ ਆ ਉਹ 17-18 ਕੁਇੰਟਲ ਦੱਸਿਆ ਜਾਂਦਾ। ਇਹ ਝਾੜ ਸਿਰਫ ਐਵਰੇਜ ਝਾੜ ਨੇ, ਕਈ ਕਿਸਾਨ ਇਹਨਾਂ ਤੋਂ ਘੱਟ ਵੀ ਕੱਢ ਪਾਉਂਦੇ ਆ ਅਤੇ ਕਈ ਮੇਨ ਝਾੜ ਹੁੰਦਾ ਮੌਸਮ 'ਤੇ, ਮੌਸਮ ਜਿਵੇਂ ਦਾ ਰਹੇ ਉਵੇਂ ਦਾ ਹੀ ਝਾੜ ਆਪਣੀ ਫਸਲ ਦਾ ਆਉਂਦਾ ਅਤੇ ਉਹ ਦਿਨ ਵੀ 2-4 ਦਿਨ ਅੱਗੇ ਪਿੱਛੇ ਹੋ ਸਕਦੇ ਆ। ਅੱਗੇ ਆ ਗਈ HD 3086। 3086 ਦਾ ਤੁਹਾਨੂੰ ਵੀ ਪਤਾ ਵੀਰੋ ਕਿ ਝਾੜ ਲਈ ਬਹੁਤ ਵਧੀਆ ਵਰਾਇਟੀ ਆ। ਇਹਦਾ ਜਿਹੜਾ ਯੂਨੀਵਰਸਿਟੀ ਝਾੜ ਦੱਸਦੀ ਹੈ 23 ਕੁਇੰਟਲ ਪ੍ਰਤੀ ਏਕੜ ਆ ਅਤੇ ਇਹ ਯੈਲੋ ਰਸਟ ਅਤੇ ਬਰਾਊਨ ਰਸਟ ਦੇ ਲੜਨ ਦੀ ਇਹਦੇ ਵਿੱਚ ਸ਼ਮਤਾ ਹੈਗੀ ਆ ਅਤੇ ਇਹ ਵੀ ਆਪਣੇ ਦਿਨ ਦਰਮਿਆਨੇ ਦਿਨ ਲੈਂਦੀ ਆ, ਨਾ ਬਹੁਤੇ ਜ਼ਿਆਦਾ ਨਾ ਬਹੁਤੇ ਘੱਟ। ਅੱਗੇ ਆ ਗਈ HD 2967। ਸਭ ਲੋਕਾਂ ਦਾ ਹਰਮਨ ਪਿਆਰਾ ਅਤੇ ਜਿਹਦੀ ਤੂੜੀ ਵਧੀਆ ਮੰਨੀ ਜਾਂਦੀ ਹੈ ਕਿ ਤੂੜੀ ਬਹੁਤ ਬਣਦੀ ਆ, ਇਹ ਲੈਂਦੀ ਆ ਆਪਣੇ 157 ਦਿਨ ਅਤੇ ਇਹਦਾ ਐਵਰੇਜ ਝਾੜ 21 ਕੁਇੰਟਲ ਯੂਨੀਵਰਸਿਟੀ ਵੱਲੋਂ ਦੱਸਿਆ ਗਿਆ। ਕਈ ਕਿਸਾਨ ਤਾਂ ਇਹਨੂੰ 24-25 ਤੱਕ ਵੀ ਲੈ ਕੇ ਗਏ ਨੇ। ਅੱਗੇ ਆ ਗਈ DBW 17। ਇਹਦਾ 95 ਸੈਂਟੀਮੀਟਰ ਕੱਦ ਰਹਿੰਦਾ ਅਤੇ ਇਹ ਮੀਡੀਅਮ ਬੋਲਡ ਦੀ ਵਰਾਇਟੀ ਆ। ਇਹਦੇ ਵਿੱਚ ਬਰਾਊਨ ਰਸਟ ਬਹੁਤ ਘੱਟ ਆਉਂਦੀ ਆ, ਯੈਲੋ ਰਸਟ ਵੀ ਘੱਟ ਪਏਗੀ। ਇਹਦਾ 155 ਦਿਨ ਲੈਂਦੀ ਆ ਅਤੇ ਇਹਦਾ ਐਵਰੇਜ ਝਾੜ ਆ ਜਿਹੜਾ ਉਹ 23 ਕੁਇੰਟਲ ਪ੍ਰਤੀ ਏਕੜ ਆ। ਅੱਗੇ ਆਪਾਂ ਗੱਲ ਕਰਾਂਗੇ PBW 621 ਬਾਰੇ। ਇਹ 158 ਕੁ ਦਿਨ ਲੈਂਦੀ ਆ ਪੂਰੇ ਮਚਿਓਰ ਹੋਣ ਤੱਕ। ਇਹ ਮੱਕੀ ਰਸਿਸਟੈਂਟ ਆ, ਉਹਦੇ ਤੋਂ ਯੈਲੋ ਤੋਂ ਬਰਾਊਨ ਰਸਟ ਤੋਂ ਆਉਣ ਤੋਂ, ਪੀਲੀ ਪੁੰਗੀ ਜਿਹਨੂੰ ਆਪਾਂ ਕਹਿ ਦਈਦਾ। ਇਹਦਾ ਐਵਰੇਜ ਝਾੜ ਜਿਹੜਾ ਆ ਉਹ ਕਿ ਮਤਲਬ ਉਹ ਵੀ ਕੋਈ ਪੱਕਾ ਨਹੀਂ ਆ, ਇਹ ਕਿਤੇ ਵੱਧ ਨਿਕਲ ਜਾਂਦੀ ਹੈ, ਕਿਸ ਮੌਸਮ 'ਚ ਘੱਟ ਨਿਕਲ ਜਾਂਦੀ ਹੈ, ਮੇਨ ਗੱਲ ਮੌਸਮ 'ਤੇ ਡਿਪੈਂਡ ਆ ਅਤੇ ਇਹ 100 ਸੈਂਟੀਮੀਟਰ ਤੱਕ ਕੱਦ ਕਰਦੀ ਆ। ਅੱਗੇ ਆ ਗਈ ਉੱਨਤ PBW 550, ਜੋ ਕਿ ਕਿਸਾਨਾਂ ਨੇ ਬਹੁਤ ਹੀ ਜ਼ਿਆਦਾ ਲਾਈ ਹੈ ਅਤੇ ਅਜੇ ਵੀ ਕਈ ਏਰੀਏ 'ਚ ਇਹ ਕਿਸਾਨ ਲਾਉਂਦੇ ਆ। ਇਹ 145 ਦਿਨ ਲੈਂਦੀ ਹੈ ਅਤੇ 23 ਕੁਇੰਟਲ ਇਹਦਾ ਐਵਰੇਜ ਝਾੜ ਕਿਹਾ ਜਾਂਦਾ। ਇਹਦਾ ਦਾਣਾ ਥੋੜ੍ਹਾ ਜਿਹਾ ਬਰੀਕ ਹੁੰਦਾ ਆ, ਲੇਕਿਨ ਵਧੀਆ ਵਰਾਇਟੀ ਆ। ਅੱਗੇ ਆ ਗਈ TL 2908। ਇਹ ਸਾਰੇ ਪੰਜਾਬ 'ਚ ਲੱਗ ਸਕਦੀ ਆ ਅਤੇ ਇਹ ਮੇਜਰ ਜਿਹੜੇ ਮੋਸਟਲੀ ਆਲ ਜਿਹੜੇ ਡਿਸੀਜ਼ ਪੈਂਦੇ ਆ, ਬਿਮਾਰੀਆਂ ਪੈਂਦੀਆਂ, ਉਹਨਾਂ ਨਾਲ ਲੜਨ ਦੀ ਸ਼ਮਤਾ ਰੱਖਦੀ ਆ ਅਤੇ 113 ਸੈਂਟੀਮੀਟਰ ਇਹ ਕੱਦ ਕਰਦੀ ਆ। ਅੱਗੇ ਆ ਗਈ PBW 775।
ये अपने 165 दिन लेंदी है, लंबे समय की वरायटी आ, ते 110 सेंटीमीटर कद करती है। तो जिहड़ा इहदा एवरेज झाड़ आ वो 22 क्विंटल दस्या गया। अगे आ गई PBW 527, ये 160 दिन लेंदी आ, ते कद इहदा 100 सेंटीमीटर आ, ते जिहड़ा इहदा झाड़ दस्या गया वो अपना 21 क्विंटल आ। अगे आ गई PDW 299, ये 155 दिन लेंदी आ, ते जिहड़ा इहदा एवरेज झाड़ दस्या जांदा वो 83 सेंटीमीटर आ। बहुत मधरे कद की वरायटी आ। अगे आपां गल करांगे PBW 590 बारे, ये 128 दिन लैंदी है, ते 80 सेंटीमीटर इहदा कद आ। ये पंजाब च हर सारे एरिया च लग जांदी आ। अगे आ गई PBW 373, ये 144 दिन लैंदी आ, ते सारे बीमारियां नाल लड़न की क्षमता रखती आ, ते 90 सेंटीमीटर इहदा कद आ। अगे आपां तुहानूं ICAR की जिहड़ी वरायटी आ, जिहड़ियां पिछली वारी 187 303, DBW 187 303, ये जिहड़ियां वरायटियां आ ये ICAR दियां वरायटियां आ। तो ये भी झाड़ पिछली बारी वधिया इन्हां वरायटियां ने झाड़ दिता आ, तो वधिया वरायटियां ने। बाकी मैं होर किसी वरायटी का, होर स्टेट की वरायटी का नाम नहीं लवाँगा। ये भी एक ICAR दे दिल्ली वालों की गई आ, जिहड़ियां 187 बीज आ। इन्हां ने पिछली बारी कई एरिए अपने गुरदासपुर एरिए इहदा झाड़ बहुत ही घट रहा, कई एरिया में इहदा झाड़ बहुत वधिया रहा आ। अगे एरकी नवा बीज लॉन्च किया PBW 826, जिहड़ा ए बीज आ, इहदी जिहड़ा एवरेज झाड़ आ वो 24 क्विंटल दस्या गया। मतलब जिथे भी ये ट्रायल किए आ वो वधिया ही ट्रायल रहे ने, ते चंगा झाड़ देने वाली ये वरायटी आ। ये नवी एरकी PU पंजाब एग्रीकल्चर यूनिवर्सिटी ने लॉन्च की आ, ते वधिया झाड़ इहदा उम्मीद है कि ये देगी। इस बार हर मेले ते ये बीज मिलेगा। बाकी वीरो मैं एक गल दसना चाहना कि हर झाड़ कितें वधिया वध दे दिंदा कितें घट दे दिंदा। आपां अपने खेत विच जिहड़ी वरायटी चूज़ करनी आ वो आपां चूज़ करनी आ कि किवें वो अपने पिछे उहदा पिछोकड़ की रहा। नवीं वरायटी जदों भी आपां खेत 'च लगाने आ वो थोड़े खेत 'च लगा के देखो, पूरी एक बारी पूरे खेत विच नहीं लगानी, वो चार कनाला किले दे विच ट्रायल करके देखो। जे तुहानूं वधिया रिजल्ट दिंदी आ ते अगले साल फिर आपां वरायटी लानी आ, नहीं ते नहीं लानी, कोई लोड़ नहीं। बाकी मेजर इहो वरायटियां ने। नवीं वरायटी जिन्नियां भी आनियां, तीन वरायटियां कि BPU ने लॉन्च कीतियां, उन्हां दे विच ये है कि तुसीं थोड़ा थोड़ा ट्रायल करके देखो। मेलियां च 20 किलो दी पैकिंग मिल रही है जां 15 किलो दी पैकिंग मिल रही है, ये तुसीं देख सकते हो कि किन्ने वाला तुसीं लैणा आ, ते अपने थोड़े खेत 'च लगा के देखो। वीडियो इत्थों तक ही, जे चंगी लगी तो शेयर ते लाइक करना ते चैनल नूं सबसक्राइब कर लेना। वीडियो थोड़ी जी लंबी होगी, बट धन्यवाद वीरो।